ਇੱਕ ਸਧਾਰਨ ਜੇ ਬੰਦੇ ਨੇ ਠਾਲਿਆ ਸਿਵਾ ਤੇ ਹੋਣ ਲੱਗੀਆਂ ਪਿੰਡ ਚ ਧੜਾ ਧੜ ਮੌਤਾਂ ਸਿਵਾ ਇਸ ਕਾਰਨ ਕਰਕੇ ਠਾਇਆ ਸੀ ਕਿ ਆਤਮਾ ਨੂੰ ਆਪਣੇ ਵਸ ਦੇ ਵਿੱਚ ਕੀਤਾ ਜਾਵੇ ਤੇ ਆਤਮਾ ਤੋਂ ਆਪਣੀ ਮਨਮਰਜ਼ੀ ਦੇ ਕੰਮ ਕਰਵਾਏ ਜਾਣ ਮੈਂ ਅਕਸਰ ਸਾਡੇ ਪਿੰਡ ਦੀ ਇੱਕ ਘਟਨਾ ਦੱਸਣ ਲੱਗਿਆ ਕਿ ਸਾਡੇ ਪਿੰਡ ਦੇ ਬਜ਼ੁਰਗ ਇਹ ਗੱਲ ਦੱਸਦੇ ਸੀ ਕਿ ਸਾਡੇ ਪਿੰਡ ਦਾ ਇੱਕ ਆਮ ਜਾਂ ਬੰਦਾ ਸੀ ਜਿਹੜਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤਾਂ ਉਹਨੇ ਕੀ ਕਰਿਆ ਪਿੰਡ 'ਚ ਤਾਜੀ ਮੌਤ ਹੋਈ ਸੀ ਅਗਲੇ ਦਿਨ ਅਗਲੀ ਸਵੇਰ ਹੀ ਉਹ ਸਵੇਰੇ ਦੇ ਵਿੱਚ ਜਾਂਦਾ ਤੇ ਸਵੇਰੇ ਨੂੰ ਠਾ ਲੈਂਦਾ ਤੇ ਉਸ ਤੋਂ ਬਾਅਦ ਜਦੋਂ ਪਿੰਡ 'ਚ ਇਹ ਸਾਰੀ ਗੱਲ ਪਤਾ ਲੱਗਦੀ ਹੈ ਤਾਂ ਧੜਾ ਧੜ ਮੌਤਾਂ ਹੋਣ ਲੱਗ ਜਾਂਦੀ ਹੈ ਜਿਆਦਾਤਰ ਇਹ ਗੱਲ ਜੁੜੀ ਹੁੰਦੀ ਹੈ ਵੀ ਨੌਜਵਾਨ ਤੇ ਜਦੋਂ ਕੋਈ ਮੌਤ ਹੁੰਦੀ ਹੈ ਤਾਂ ਨੌਜਵਾਨ ਦੀ ਮੌਤ ਦੇ ਉੱਤੇ ਜਾ ਕੇ ਕੋਈ ਤੰਤਰਕ ਬਾਬਾ ਜਿਹੜਾ ਸਾਧ ਹੈਗਾ ਉਹ ਕੋਈ ਆਪਦੇ ਸ਼ਕਤੀਆਂ ਨਾਲ ਆਪਦੇ ਮੰਤਰਾਂ ਨਾਲ ਆਪਦੇ ਇਹ ਲਬਨਾਲ ਜਿਹੜਾ ਹੈਗਾ ਉਸ ਵਿਅਕਤੀ ਨੂੰ ਖੜਾ ਕਰਦਾ ਹੈ ਤਾਂ ਉਸ ਤੋਂ ਫਿਰ ਜੇ ਉਹ ਜੋ ਮਰਜ਼ੀ ਆ ਮਨ ਚਾਹੇ ਜਿਹੜਾ ਉਹ ਕੰਮ ਹੋ ਕਰਵਾਉਣਾ ਕਰਵਾ ਸਕਦਾ ਹੈ ਇਹ ਤਾਂ ਇਹ ਲੋਕਾਂ ਦੇ ਵੱਲ ਤਾਤ੍ਰਿਕ ਕਿਵੇਂ ਕਹਿੰਦੇ ਹੁੰਦੇ ਕਿ ਕਿੰਨੇ ਘੰਟੇ ਚੁੱਟ ਸਕਦਾ ਹੈ ਇਹ ਜਿਹੜਾ ਸੇਵਾ ਹੈਗਾ ਵੀ ਤਾਜ਼ਾ ਸੇਵਾ ਠਾਇਆ ਜਾਂਦਾ ਹਾਂ ਇਹ ਤਕਰੀਬਨ ਤਾਜ਼ਾ ਜਦੋਂ ਮਤਲਬ ਸਿਸਕਾਰ ਕਰਕੇ ਆਉਂਦੇ ਆ ਤਾਂ ਉਸ ਰਾਤ ਨੂੰ ਜਾਂ ਉਸ ਤੋਂ ਅਗਲੀ ਜਿਹੜਾ ਹੈਗਾ ਕਿਉਂਕਿ ਤੀਜੇ ਦਿਨ ਜਾ ਕੇ ਫੁੱਲ ਚੁੱਕਦੇ ਆ ਤਾਂ ਉਹ ਦੋ ਰਾਤਾਂ ਦੇ ਵਿੱਚ ਜਿਹੜਾ ਹੈਗਾ ਉਹ ਇਸ ਚੀਜ਼ ਦਾ ਕਰਨ ਦਾ ਆਪਾਂ ਮੈਨੂੰ ਕਹਾਂ ਉਹ ਪਖੰਡੀ ਕਰਦਾ ਹੁੰਦਾ ਕੁਝ ਨਹੀਂ ਇਹਦੇ ਵਿੱਚ ਤੇ ਇਸ ਭਰਨ ਦੇ ਵਿੱਚ ਇੱਕ ਹੋਰ ਲੋਕਾਂ ਦੀ ਧਾਰਨਾ ਕਿ ਜਦੋਂ ਮਤਲਬ ਸਸ਼ਕਾਰ ਕਰਕੇ ਆਉਂਦੇ ਆ ਤਾਂ ਉਸ ਤੋਂ ਬਾਅਦ ਇੱਕ ਬਕਤੀ ਨੂੰ ਉੱਤੇ ਛੱਡਿਆਉਂਦੇ ਆ ਜਦੋਂ ਕਾਫੀ ਜਿਆਦਾ ਫਿਰ ਉਹ ਕੋ ਮਤਲਬ ਉਸ ਤੋਂ ਬਾਅਦ ਇੱਕ ਹੱਡੀ ਜਿਹੜੀ ਹੈਗੀ ਉੱਥੇ ਚੱਕ ਕੇ ਉਹ ਵਾਹਾਂ ਉਹ ਬੰਦੇ ਹੱਡੀ ਚੱਕ ਕੇ ਕਿਤੇ ਲੁਕੋ ਦਿੰਦੇ ਆ ਉਹ ਵੀ ਇੱਕ ਲੋਕਾਂ ਦੀ ਧਾਰਨਾ ਬਣੀ ਹੈ ਵੀ ਉਹਦੀ ਹੱਡੀ ਪਾਸੇ ਕਰ ਦੋ ਹੱਡੀ ਚੱਕ ਕੇ ਲੁਕੋ ਦਿਓ ਫਿਰ ਉਹ ਸਿਵਾ ਜਿਹੜਾ ਖੜਾ ਨਹੀਂ ਕਰ ਸਕਦਾ ਕਿਉਂਕਿ ਉਹਦੇ ਪੂਰੇ ਜਿਹੜੇ ਅੰਗ ਹੈ ਉਹ ਪੂਰੇ ਨਹੀਂ ਬਣਨੇ ਸਾਡਾ ਸਰੀਰ ਜਿਉਂਦਾ ਹੁੰਦਾ ਤਾਂ ਉਹਦੇ ਵਿੱਚ ਐਸੀ ਕਿਹੜੀ ਚ ਜਿਹੜੀ ਸਾਨੂੰ ਤੋੜਦੀ ਐ ਤੁਰਿਆ ਫਿਰਦੀ ਐ ਸਾਨੂੰ ਜਿਉਂਦਾ ਰੱਖਦੀ ਐ ਕਿਹੜੀ ਐਸੀ એનર્ਜੀ ਹੁੰਦੀ ਐ ਕਿਹੜੀ ਐਸੀ ਚੀਜ਼ ਹੁੰਦੀ ਐ ਤੇ ਮਰ ਕੇ ਬੰਦੇ 'ਚ ਕਿਹੜੀ ਐਸੀ ਚੀਜ਼ ਹੁੰਦੀ ਐ ਜਿਹੜੀ ਹੁੰਦੀ ਨਹੀਂ ਸਰੀਰੋਹੀ ਹੁੰਦਾ ਕੀ ਆਤਮਾ ਦੀ ਜਿਹੜੀ ਗੱਲ ਕਰਦੇ ਸਾਡੇ ਅੰਦਰ ਆਤਮਾ ਬੋਲਦੀ ਐ ਤੇ ਇੱਕ ਪਾਸੇ ਉਹ ਵਿਅਕਤੀ ਜਿਹੜਾ ਜਨਮ ਤੋਂ ਗੁੰਗਾ ਐ ਬੋਲ ਨਹੀਂ ਸਕਦਾ ਪਰ ਉਹਦੇ ਅੰਦਰ ਆਤਮਾ ਕਿਹੜੀ ਐ ਕੀ ਉਹਦੇ ਅੰਦਰ ਕੋਈ ਆਤਮਾ ਜਾਂ ਤਾਂ ਫਿਰ ਆਤਮਾ ਦੋ ਹੋ ਗਈਆਂ ਇੱਕ ਬੋਲਣ ਵਾਲੀ ਵੀ ਆਂਦਰ ਸਾਡੇ ਬੋਲਰੀ ਜਿਹੜਾ ਮੈਂ ਬੋਲ ਰਿਹਾ ਮੇਰੇ ਅੰਦਰ ਆਤਮਾ ਬੋਲਦੀ ਐ ਉਹਦੇ ਫਲਸਫੇ ਅਨੁਸਾਰ ਪਰ ਕੋਈ ਵਿਅਕਤੀ ਬੋਲ ਨਹੀਂ ਸਕਦਾ ਜਿਉਂਦਾ ਤੋ ਵੀ ਇੱਕ ਬੰਦਾ ਮਰਿਆ ਤਾਂ ਉਹਨੇ ਉਹਦਾ ਜਦੋਂ ਉਹਨੂੰ ਸੰਸਕਾਰ ਆ ਵਾਸਤੇ ਲੈ ਕੇ ਜਾ ਰਹੀ ਸੀ ਨਾ ਤਾਂ ਉਹਨੇ ਪੰਜ ਉਂਗਲਾਂ ਕੱਢੀਆਂ ਹੋਈਆਂ ਸੀ ਤਾਂ ਗੱਲ ਇਹ ਵੀ ਹੁੰਦੀ ਆ ਕਿ ਪਿੰਡ 'ਚ ਉਸ ਤੋਂ ਬਾਅਦ ਵੀ ਪੰਜ ਮੌਤਾਂ ਹੁੰਦੀਆਂ ਇੱਕ ਸਧਾਰਨ ਜੇ ਬੰਦੇ ਨੇ ਠਾ ਲਿਆ ਸਿਵਾ ਤੇ ਹੋਣ ਲੱਗੀਆਂ ਪਿੰਡ 'ਚ ਧੜਾ ਧੜ ਮੌਤਾਂ ਸਿਵਾ ਇਸ ਕਾਰਨ ਕਰਕੇ ਠਾਇਆ ਸੀ ਕਿ ਆਤਮਾ ਨੂੰ ਆਪਣੇ ਵਸ ਦੇ ਵਿੱਚ ਕੀਤਾ ਜਾਵੇ ਤੇ ਆਤਮਾ ਤੋਂ ਆਪਣੀ ਮਨਮਰਜ਼ੀ ਦੇ ਕੰਮ ਕਰਵਾਏ ਜਾਣ ਬਿਲਕੁਲ ਐਸੀਆਂ ਘਟਨਾਵਾਂ ਅਸੀਂ ਆਮ ਸੁਣਦੇ ਆ ਮੈਂ ਅਕਸਰ ਸਾਡੇ ਪਿੰਡ ਦੀ ਇੱਕ ਘਟਨਾ ਦੱਸਣ ਲੱਗਿਆ ਕਿ ਸਾਡੇ ਪਿੰਡ ਦੇ ਬਜ਼ੁਰਗ ਇਹ ਗੱਲ ਦੱਸਦੇ ਸੀ ਕਿ ਸਾਡੇ ਪਿੰਡ ਦਾ ਇੱਕ ਆਮ ਜਾਂ ਬੰਦਾ ਸੀ ਜਿਹੜਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤਾਂ ਉਹਨੇ ਕੀ ਕਰਿਆ ਪਿੰਡ 'ਚ ਤਾਜੀ ਮੌਤ ਹੋਈ ਸੀ ਤਾਂ ਅਗਲੇ ਦਿਨ ਅਗਲੀ ਸਵੇਰ ਹੀ ਉਹ ਸਵੇ ਦੇ ਵਿੱਚ ਜਾਂਦਾ ਤੇ ਸਵੇ ਨੂੰ ਠਾ ਲੈਂਦਾ ਤੇ ਉਸ ਤੋਂ ਬਾਅਦ ਜਦੋਂ ਪਿੰਡ 'ਚ ਸਾਰੀ ਗੱਲ ਪਤਾ ਲੱਗਦੀ ਹੈ ਤਾਂ ਧੜਾ ਧੜ ਮੌਤਾਂ ਹੋਣ ਲੱਗ ਜਾਂਦੀਆਂ ਨੇ ਤਾਂ ਪਿੰਡ ਵਾਲੇ ਇਹ ਗੱਲ ਦਾ ਰੋਸਾ ਮਨਾਉਂਦੇ ਐ ਤੇ ਫਿਰ ਅੱਗੇ ਦੀ ਕਹਾਣੀ ਜਸਵੀਰ ਸੋਨੀ ਨਾਲ ਆਪਾਂ ਸ਼ੇਅਰ ਕਰਦੇ ਆਂ ਤੇ ਪਿੱਛੇ ਦਾ ਕਾਰਨ ਜਾਣਦੇ ਆ ਕਿ ਸੱਚਮੁੱਚ ਇਸ ਤਰੀਕੇ ਨਾਲ ਹੋ ਸਕਦਾ ਹੈ ਕਿ ਸੱਚਮੁੱਚ ਸਿਵਾ ਜਗਾਇਆ ਜਾ ਸਕਦਾ ਹੈ ਕਿ ਸੱਚਮੁੱਚ ਪ੍ਰੇਤ ਆਕਮਾਮਾ ਨੂੰ ਆਪਣੇ ਬਸ ਦੇ ਵਿੱਚ ਕਰਕੇ ਆਪਣੀ ਮਨਮਰਜ਼ੀ ਦੇ ਕੰਮ ਕਰਵਾਏ ਜਾ ਸਕਦੇ ਮੇਰੇ ਨਾਲ ਜਸਵੀਰ ਸੋਨੀ ਜੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰ ਲੈਣੇ ਆ ਬਾਈ ਬਹੁਤ ਬਹੁਤ ਸਵਾਗਤ ਹੈ ਕੈਂਟ ਪੰਜਾਬੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਅਤੇ ਉਹਨਾਂ ਤੇਰੇ ਦਰਸ਼ਕਾਂ ਦਾ ਵੀ ਜਿਹੜਾ ਇਹਨਾਂ ਪਿਆਰ ਦੇ ਰਹੇ ਨੇ ਬਾ ਮੈਂ ਇੱਕ ਕਹਾਣੀ ਸਾਡੇ ਪਿੰਡ ਦੀ ਸੱਚੀ ਘਟਨਾ ਜਿਵੇਂ ਅਸੀਂ ਕੈਮਰੇ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿਸ ਤਰੀਕੇ ਨਾਲ ਕਿਸੇ ਬੰਦਾ ਸ਼ਰਾਬੀ ਸੀ ਉਹਨੇ ਸੇਵਾ ਜਗਾ ਲਿਆ ਸੀ ਸੇਵਾ ਜਗਾ ਕੇ ਪਿੰਡ ਵਾਲੇ ਜਿਵੇਂ ਗੱਲਾਂ ਦੱਸਦੇ ਆ ਪਿੱਛੇ ਦੀ ਪਿੱਛੇ ਜਿਵੇਂ ਤੁਰੀਆਂ ਆਉਂਦੀਆਂ ਨੇ ਗੱਲਾਂ ਇਹ ਉਹ ਦੱਸਦੇ ਆ ਕਿ ਉਹਨੇ ਸਾਡੇ ਪਿੰਡ 'ਚ ਧੜਾ ਧੜ ਮੌਤਾਂ ਹੋਣ ਲੱਗੀਆਂ ਤਾਂ ਫਿਰ ਉੱਥੇ ਜਿਵੇਂ ਸਾਡੀਆਂ ਰਸਮਾਂ ਬਣੀਆਂ ਹੁੰਦੀਆਂ ਨੇ ਧਾਰਮਿਕ ਰਸਮਾਂ ਰਸਮਾਂ ਹੁੰਦੀਆਂ ਨੇ ਅਲੱਗ-ਅਲੱਗ ਧਰਮਾਂ ਦੀ ਉਸ ਤਰੀਕੇ ਨਾਲ ਕਰਾਇਆ ਤੇ ਫਿਰ ਪਿੰਡ 'ਚ ਕਹਿੰਦੇ ਮੌਤਾਂ ਹੋਣੋਂ हटੀਆਂ ਤੇ ਇਹ ਕਾਰਨ ਕੀ ਹੁੰਦਾ ਤਾਂਤ੍ਰਿਕ ਪਹਿਲਾਂ ਆਪਾਂ ਤਾਂਤ੍ਰਿਕ ਕਰਨ ਦੇ ਸਿਧਾਂਤ ਤੋਂ ਸ਼ੁਰੂ ਕਰਦੇ ਹਾਂ ਕਿ ਤਾਂਤ੍ਰਿਕ ਇਹ ਚੀਜ਼ ਨੂੰ ਕਿਵੇਂ ਦੇਖਦੇ ਆ ਉਹ ਕੀ ਕਹਿੰਦੇ ਆ ਕਿ ਸੇਵਾ ਜਗਾਉਣਾ ਕੀ ਹੁੰਦਾ ਉਹਦੇ ਨਾਲ ਕੀ ਕਰ ਸਕਦੇ ਆ ਕਿ ਕਿਵੇਂ ਉਹ ਜਗਾਇਆ ਜਾ ਸਕਦਾ ਇਹਨਾਂ ਤੇ ਜ਼ਰੂਰ ਚਾਨਣਾ ਪਾ ਹਾਂਜੀ ਅਸਲ ਦੇ ਵਿੱਚ ਜਿਹੜਾ ਸੇਵਾ ਜਗਾਉਣ ਵਾਲੀ ਗੱਲ ਹੈਗੀ ਹੈ ਇੱਕ ਬਹੁਤ ਵੱਡਾ ਇਹ ਪਰਮ ਇਹਨੂੰ ਆਪਾਂ ਕਹਿੰਦੇ ਬਹੁਤ ਵੱਡਾ ਭਲੇਖਾ ਹੈ ਜਿਹੜੀ ਧਾਰਨਾਵਾਂ ਪੁਰਾਣੇ ਸਮਿਆਂ ਤੋਂ ਸਾਡੇ ਲੋਕਾਂ ਦੇ ਵਿੱਚ ਬਣੀਆਂ ਹੋਈਆਂ ਨੇ ਵੀ ਕੋਈ ਤੰਤਰਕ ਹੈ ਕੋਈ ਸਾਧ ਹੈ ਕੋਈ ਬਾਬਾ ਹੈਗਾ ਉਹਦੇ ਚ ਕੇ ਵੀ ਸ਼ਕਤੀਆਂ ਨੇ ਜੋ ਕੋਈ ਵਿਅਕਤੀ ਮਰ ਗਿਆ ਜਿਆਦਾਤਰ ਇਹ ਗੱਲ ਜੁੜੀ ਹੁੰਦੀ ਹੈ ਵੀ ਨੌਜਵਾਨ ਦੇ ਜਦੋਂ ਕੋਈ ਮੌਤ ਹੁੰਦੀ ਹੈ ਤਾਂ ਨੌਜਵਾਨ ਦੀ ਮੌਤ ਦੇ ਉੱਤੇ ਜਾ ਕੇ ਕੋਈ ਤੰਤਰਕ ਬਾਬਾ ਜਿਹੜਾ ਸਾਧ ਹੈਗਾ ਉਹ ਕੋਈ ਆਪਦੇ ਸ਼ਕਤੀਆਂ ਨਾਲ ਆਪਦੇ ਮੰਤਰਾਂ ਨਾਲ ਆਪਦੇ ਇਲਮ ਨਾਲ ਜਿਹੜਾ ਹੈਗਾ ਉਸ ਵਿਅਕਤੀ ਨੂੰ ਖੜਾ ਕਰ ਲੈਂਦਾ ਹੈ ਤਾਂ ਉਸ ਤੋਂ ਫਿਰ ਜਿਹੜਾ ਉਹ ਜੋ ਮਰਜੀ ਹੈ ਮਨ ਚਾਹੇ ਉਹ ਕੰਮ ਉਹ ਕਰਵਾਉਂਦਾ ਕਰਵਾ ਸਕਦਾ ਹੈਗਾ ਇਹ ਤਾਂ ਇਹ ਲੋਕਾਂ ਚ ਬਣੀ ਤੰਤਰਿਕ ਕਿਵੇਂ ਕਹਿੰਦੇ ਹੁੰਦੇ ਵੀ ਕਿੰਨੇ ਘੰਟੇ ਚੁੱਟ ਸਕਦਾ ਇਹ ਜਿਹੜਾ ਸੇਵਾ ਹੈਗਾ ਵੀ ਤਾਜ਼ਾ ਸੇਵਾ ਠਾਇਆ ਜਾਂਦਾ ਹੁੰਦਾ ਹਾਂ ਇਹ ਤਕਰੀਬਨ ਤਾਜ਼ਾ ਜਦੋਂ ਮਤਲਬ ਸਿਸ਼ਕਾਰ ਕਰਕੇ ਆਉਂਦੇ ਆ ਤਾਂ ਉਸ ਰਾਤ ਨੂੰ ਜਾਂ ਉਸ ਤੋਂ ਅਗਲੀ ਜਿਹੜਾ ਹੈਗਾ ਕਿਉਂਕਿ ਤੀਜੇ ਦਿਨ ਜਾ ਕੇ ਫੁੱਲ ਚੁੱਕਦੇ ਆ ਤਾਂ ਉਹ ਦੋ ਰਾਤਾਂ ਦੇ ਵਿੱਚ ਜਿਹੜਾ ਹੈਗਾ ਉਹ ਇਸ ਚੀਜ਼ ਦਾ ਕਰਨ ਦਾ ਆਪਾਂ ਮੈਂ ਤਾਂ ਕਹਾਂ ਉਹ ਪਖੰਡੀ ਕਰਦਾ ਹੁੰਦਾ ਕੁਝ ਨਹੀਂ ਉਹਦੇ ਵਿੱਚ ਨਾ ਕੋਈ ਬੰਦਾ ਦਾਅਵਾ ਕਰ ਤੰਤਰਿਕ ਦਾਅਵਾ ਕਰਦੇ ਹੁੰਦੇ ਆ ਤੇ ਲੋਕਾਂ 'ਚ ਭਰਮ ਸਰ ਜਾ ਹੈ ਵੀ ਉਹ ਸੇਵਾ ਉਠਾਇਆ ਜਾਂਦਾ ਤੇ ਇਸ ਭਰਮ ਦੇ ਵਿੱਚ ਇੱਕ ਹੋਰ ਲੋਕਾਂ ਦੀ ਧਾਰਨਾ ਕਿ ਜਦੋਂ ਮਤਲਬ ਜਿਹੜਾ ਹੈਗਾ ਉਹ ਆਪਣਾ ਸਸਕਾਰ ਕਰਕੇ ਆਉਂਦੇ ਆ ਤਾਂ ਉਸ ਤੋਂ ਬਾਅਦ ਇੱਕ ਵਿਅਕਤੀ ਨੂੰ ਉੱਤੇ ਛੱਡਿਆਉਂਦੇ ਆ ਜਦੋਂ ਕਾਫੀ ਜ਼ਿਆਦਾ ਫਿਰ ਉਹ ਕੋ ਮਤਲਬ ਉਦੋਂ ਬਾਅਦ ਇੱਕ ਹੱਡੀ ਜਿਹੜੀ ਹੈਗੀ ਉੱਥੇ ਚੱਕ ਕੇ ਉਹ ਹਾਂ ਉਹ ਬੰਦੇ ਹੱਡੀ ਚੱਕ ਕੇ ਕਿਤੇ ਲੁਕੋ ਦਿੰਦੇ ਆ ਉਹ ਵੀ ਇੱਕ ਲੋਕਾਂ ਦੀ ਧਾਰਨਾ ਬਣੀ ਉਹਦੀ ਹੱਡੀ ਪਾਸੇ ਕਰ ਦੋ ਹੱਡੀ ਚੱਕ ਕੇ ਲੁਕੋ ਦਿਓ ਫਿਰ ਉਹ ਸੇਵਾ ਜਿਹੜਾ ਖੜਾ ਨਹੀਂ ਕਰ ਸਕਦਾ ਕਿਉਂਕਿ ਉਹਦੇ ਪੂਰੇ ਜਿਹੜੇ ਅੰਗ ਹੈ ਉਹ ਪੂਰੇ ਨਹੀਂ ਬਣਨੇ ਪੂਰੇ ਅੰਗ ਨਹੀਂ ਹੋਣਗੇ ਤਾਂ ਇੱਕ ਬਹੁਤ ਵੱਡੀ ਮ ਜਿਹੜੀ ਹੈਗੀ ਹੈ ਮਤਲਬ ਗਲਤਫਹਿਮੀ ਜਿਹੜੀ ਹੈ ਲੋਕਾਂ ਚ ਬਹਿਮ ਅੰਧਵਿਸ਼ਵਾਸ ਜਿਹੜਾ ਲੋਕਾਂ ਚ ਪਿਆ ਹੋਇਆ ਹੈਗਾ ਕਿ ਜਦੋਂ ਵਿਅਕਤੀ ਨੂੰ ਮਚਾ ਦਿੱਤਾ ਗਿਆ ਸਾੜ ਦਿੱਤਾ ਗਿਆ ਔਰ ਬਿਲਕੁਲ ਉਹ ਰਾਖ ਬਣ ਗਿਆ ਹੋ ਹੱਡੀਆਂ ਹੱਡੀਆਂ ਰਹਿ ਗਈਆਂ ਕੱਲੀਆਂ ਤਾਂ ਉਹ ਵਿਅਕਤੀ ਨੂੰ ਖੜਾ ਕਿਵੇਂ ਕਰੂਗਾ ਠੀਕ ਹੈ ਦੂਜੇ ਪਾਸੇ ਇੱਕ ਅਧਿਆਤਮਵਾਦ ਕੀ ਕਹਿੰਦਾ ਵੀ ਜਿਹੜੀ ਆਤਮਾ ਜਦੋਂ ਆਦਮੀ ਮਰ ਗਿਆ ਉਸ ਆਤਮਾ ਨਿਕਲ ਗਈ ਆਤਮਾ ਦਾ ਧਰਮ ਰਾਜ ਕੋਲ ਚਲੀ ਗਈ ਜਿਹਨੂੰ ਅਧਿਆਤਮਵਾਦ ਕਹਿੰਦਾ ਇਹ ਗੱਲ ਵੀ ਉੱਥੇ ਚਲੀ ਜਾਂਦੀ ਹੈ ਉਹ ਤਾਂ ਆਤਮਾ ਵੀ ਉੱਥੇ ਚਲੀ ਗਈ ਸਰੀਰ ਤੇ ਮਚਾਤਾ ਫਿਰ ਉਹਨੇ ਖੜਾ ਕਿਨੂ ਕੀਤਾ ਜਦੋਂ ਉਹ ਉਸ ਫਲਸਫੇ ਅਨਸਾਰ ਗੱਲ ਕਰੀਏ ਤਾਂ ਪਰ ਕੰਮ ਦਾ ਆਤਮਾ ਘਰੂਣ ਆਤਮਾ ਉਥੇ ਹੀ ਨਹੀਂ ਗਈ ਉਹਦਾ ਫਲਸਫਾ ਕਹਿੰਦਾ ਵੀ ਮਤਲਬ ਆਤਮਾ ਤੇ ਧਰਮ ਇਹਦੇ ਕੋਲ ਚਲੀ ਗਈ ਫਿਰ ਉਹਨੇ ਕਿਨੂ ਖੜਾ ਕਰ ਲਿਆ ਉਹਨੇ ਸਰੀਰ ਸੀ ਉਹ ਮਚ ਗਿਆ ਉਹ ਉਹ ਬੇਜਾਨ ਸਰੀਰ ਕਿਵੇਂ ਕੰਮ ਕਰੂਗਾ ਯਾਨੀ ਕਿ ਇੱਕ ਬਹੁਤ ਵੱਡਾ ਭਰਮ ਸਾਡੇ ਲੋਕਾਂ ਦੇ ਵਿੱਚ ਸਦੀਆਂ ਤੋਂ ਇਹ ਪਿਆ ਹੋਇਆ ਹੈਗਾ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਉੱਥੇ ਧੜਾ ਧੜ ਮੌਤਾਂ ਹੋਣ ਲੱਗੀਆਂ ਨੇ ਸੇਵਾ ਜਗਾ ਲਿਆ ਅਸਲ ਵਿੱਚ ਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਕਿ ਇੱਕ ਗੱਲ ਨੂੰ ਦੂਜੀ ਗੱਲ ਨਾਲ ਜੋੜ ਲਿਆ ਜਾਂਦਾ ਕੋਈ ਘਟਨਾ ਵਾਪਰਦੀ ਮੰਨ ਲਓ ਜਿਹੜੀ ਤੁਸੀਂ ਕਹਾਣੀ ਦੱਸੀ ਹੈ ਹੁਣ ਉਹ ਕਹਾਣੀ ਦੇ ਵਿੱਚ ਜਿਹੜਾ ਲੌਜੀਕ ਮੈਨੂੰ ਇਹ ਜਿਹੜਾ ਹੈਗਾ ਮੇਰੀ ਸਮਝ ਅਨੁਸਾਰ ਤੇ ਇਹ ਹੈਗਾ ਵੀ ਉਹ ਕਿਸੇ ਵਿਅਕਤੀ ਦੀ ਮੌਤ ਹੋ ਗਈ ਉੱਥੇ ਕਿਸੇ ਸਾਧਨੇ ਪਤੰਤਰਕ ਨੇ ਬਾਬੇ ਨੇ ਜੋ ਵੀ ਸੀਗਾ ਮਤਲਬ ਉਹਨੇ ਕਈ ਚੀਜ਼ਾਂ ਲੋਕਾਂ ਨੂੰ ਹੋ ਗਿਆ ਵੀ ਇਹਨੇ ਇਹਦਾ ਸ਼ਿਵਾਜਗਾ ਕੇ ਉਸ ਬੰਦੇ ਨੂੰ ਵਿਅਕਤੀ ਨੂੰ ਖੜਾ ਕਰ ਲਿਆ ਹੁਣ ਉਹਦੀ ਮੌਤ ਬੰਦੇ ਦੀ ਹੋਈ ਹੈ ਕਿ ਔਰਤ ਦੀ ਹੋਈ ਹੈ ਕਿ ਮਰਦ ਦੀ ਹੋਈ ਹੈ ਇਹਦੇ ਬਾਰੇ ਕੋਈ ਪਤਾ ਨਹੀਂਗਾ ਤਾਂ ਉਹ ਹੁਣ ਜੇ ਵੀ ਉਹਨੂੰ ਵਿਅਕਤੀ ਨੂੰ ਖੜਾ ਕਰ ਲਿਆ ਖੜਾ ਕਰਨ ਤੋਂ ਬਾਅਦ ਕੀ ਆਗੇ ਉਹਨੇ ਮਤਲਬ ਉਹਦੀ ਮੌਤ ਤੱਕ ਲੋਕਾਂ ਨੇ ਮਾਰਨਾ ਸ਼ੁਰੂ ਕਰਤਾ ਯਾਨੀ ਕਿ ਸੰਭਵ ਨਹੀਂ ਹੈ ਆਪਦੇ ਨਾਲ ਲੈ ਜਾਣ ਲੱਗ ਗਿਆ ਹਾਂ ਨਾਲ ਲੈ ਜਾਣ ਲੱਗ ਗਿਆ ਤਾਂ ਉਹ ਹੁਣ ਕੁਦਰਤੀ ਕੀ ਹੈ ਕਿ ਉਹ ਵਿਅਕਤੀ ਦੀ ਮੌਤ ਹੋਈ ਉਹਨੂੰ ਪਿੰਡ ਦੇ ਵਿੱਚ ਕੋਈ ਹੋਰ ਕੋਈ ਅਜਿਹੀ ਬਿਮਾਰੀ ਹੋ ਸਕਦੀ ਹੈ ਕੋਈ ਅਜਿਹੀ ਘਟਨਾ ਹੋ ਸਕਦੀ ਹੈ ਕਿ ਜਿਹਦੇ ਨਾਲ ਦੋ ਚਾਰ ਜਾਂ ਕੁਦਰਤੀ ਮਤਲਬ ਦੋ ਚਾਰ ਮੌਤਾਂ ਹੋ ਗਈਆਂ ਉਸ ਮੌਤ ਤੋਂ ਬਾਅਦ ਦੋ ਚਾਰ ਮੌਤਾਂ ਕੁਦਰਤੀ ਹੋ ਗਈਆਂ ਉਹਨਾਂ ਲੋਕਾਂ ਨੇ ਉਹਨੂੰ ਨਾਲ ਜੋੜ ਲਿਆ ਵੀ ਇਹ ਤਾਂ ਯਾਰ ਉਹ ਸੇਵਾ ਉਹਨੇ ਜਗਾ ਲਿਆ ਤੇ ਸੇਵਾ ਜਗਾ ਕੇ ਉਹਨੇ ਉਹ ਵਿਅਕਤੀ ਨੂੰ ਖੜਾ ਕਰ ਲਿਆ ਉਹਦੇ ਕੋਲ ਹੁਣੇ ਮੌਤਾਂ ਕਰਵਾ ਰਿਆ ਹੈ ਬੰਦਿਆਂ ਨੂੰ ਮਾਰ ਰਿਹਾ ਜਾਂ ਬੰਦਿਆਂ ਨੂੰ ਮਰਵਾ ਰਿਹਾ ਅਸਲ ਇਹ ਜਿਆ ਸਮਭ ਵੀ ਨਹੀਂ ਹੈ ਇਹ ਜਿਆ ਹੋ ਹੀ ਨਹੀਂ ਸਕਦਾ ਨਾ ਹੁੰਦਾ ਤਰਕਸ਼ੀ ਛੇਤੀ ਇਸ ਗੱਲ ਨੂੰ ਚੈਲੇਂਜ ਕਰਦੀ ਹੈ ਸਵਾਲ ਇੱਥੇ ਹੁੰਦਾ ਕਿ ਤੁਸੀਂ ਕਹਿ ਰਹੇ ਹੋ ਕਿ ਆਤਮਾ ਵਾਂ ਜਿਹੜੀ ਸਰੀਰ ਚੋਂ ਚੀਜ਼ ਨਿਕਲੀ ਗਈ ਤੁਸੀਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਫਲਸਫਾ ਫਲਸਫਾ ਕਹਿੰਦਾ ਹੈ ਕਿ ਆ ਆਤਮਾ ਨਿਕਲਦੀ ਆ ਫਿਰ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਸਵਾਲ ਅਸੀਂ ਪਿੱਛੇ ਵੀ ਇੰਟਰਵਿਊ ਕੀਤਾ ਉੱਥੇ ਵੀ ਸਵਾਲ ਆਉਂਦੇ ਆ ਕਿ ਜਦੋਂ ਸਾਡਾ ਸਰੀਰ ਜਿਉਂਦਾ ਹੁੰਦਾ ਤਾਂ ਉਹਦੇ ਵਿੱਚ ਐਸੀ ਕਿਹੜੀ ਚੀਜ਼ ਹੁੰਦੀ ਆ ਜਿਹੜੀ ਸਾਨੂੰ ਤੋਰਦੀ ਆ ਤੁਰਿਆ ਫਿਰਦੀ ਆ ਸਾਨੂੰ ਜਿਉਂਦਾ ਰੱਖਦੀ ਆ ਕਿਹੜੀ ਐਸੀ એનર્ਜੀ ਹੁੰਦੀ ਆ ਕਿਹੜੀ ਐਸੀ ਚੀਜ਼ ਹੁੰਦੀ ਆ ਤੇ ਮਰ ਕੇ ਬੰਦੇ 'ਚ ਕਿਹੜੀ ਐਸੀ ਚੀਜ਼ ਹੁੰਦੀ ਆ ਜਿਹੜੀ ਹੁੰਦੀ ਨਹੀਂ ਸਰੀਰੋ ਹੀ ਹੁੰਦਾ ਦੇਖੋ ਇਹ ਸਰੀਰ ਦੇ ਵਿੱਚ ਸਾਡੀ ਜਿਹੜੀ ਅਸੀਂ ਸ਼ੁਰੂਤ ਜੇ ਅੱਜ ਗੱਲ ਕਰੀਏ ਤਾਂ ਬਸ ਕਹਾਣੀ ਬਹੁਤ ਲੰਬੀ ਜਾਂਦੀ ਪਰ ਆਪਾਂ ਨੂੰ ਤਾਂ 10 ਮਿੰਟਾਂ ਚ ਕਵਰ ਕਰਨੀਆਂ ਹਨ ਨਾ ਸ਼ੋਰਟ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ ਵੀ ਮਨੁੱਖ ਜਿਹੜਾ ਕਿ ਸ਼ੁਰੂਆਤੀ ਦੌਰ ਦੇ ਜਦੋਂ ਇੱਕ ਸੈੱਲ ਮਾਂ ਦਾ ਇੱਕ ਪਿਓ ਦਾ ਲੈ ਕੇ ਜਿਹੜਾ ਵਿਕਸਿਤ ਹੁੰਦਾ ਮਾਂ ਦੇ ਪੇਟ ਦੇ ਵਿੱਚ 9 ਮਹੀਨੇ ਹੌਲੀ ਹੌਲੀ ਵਿਕਸਿਤ ਹੁੰਦਾ ਜਾਂਦਾ ਉਹਨੂੰ ਖੁਰਾਕ ਮਿਲਦੀ ਰਹਿੰਦੀ ਹੈ ਉਹਦੇ ਵਿੱਚ ਸਾਰਾ ਕੁਝ ਦਾ ਵਿਕਸਿਤ ਨਾ ਰਹਿੰਦਾ ਤਾਂ ਉਹਦੇ ਵਿਕਸਿਤ ਹੋਣ ਦੇ ਨਾਲ ਨਾਲ ਜਿਹੜਾ ਜਦੋਂ ਫਿਰ ਉਹ ਮਤਲਬ ਜਨਮ ਲੈਂਦਾ ਬਾਹਰ ਆ ਜਾਂਦਾ ਫਿਰ ਬਾਹਰ ਆ ਕੇ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਸਾਡੇ ਅੰਦਰ ਖੂਨ ਹੈ ਠੀਕ ਹੈ ਪਾਣੀ ਹੈ ਤੇ ਹੋਰ ਬਹੁਤ ਸਾਰੇ ਤੱਤ ਨੇ ਸੈੱਲ ਨੇ ਉਹ ਸੈੱਲ ਕੀ ਹੈਗਾ ਕਿ ਸਾਡੇ ਜਦੋਂ ਮਤਲਬ ਬਚਪਨ ਤੋਂ ਲੈ ਕੇ ਜਦੋਂ ਬੱਚੇ ਨੇ ਜਨਮ ਲੈ ਲਿਆ ਉਹ ਕੋਈ ਮਤਲਬ ਸੈੱਲ ਨੇ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਆ ਵਧਨੇ ਸ਼ੁਰੂ ਹੋ ਜਾਂਦੇ ਆ ਜਿਹਨੂੰ ਵਿਗਿਆਨ ਦੇ ਪਾਛਾ ਦੇ ਕਹਿੰਦੇ ਨੇ ਉਹ ਤਕਰੀਬਨ 40 ਤੋਂ 45 50 ਸਾਲ 40 ਕੇ ਸਾਲ ਦੀ ਉਮਰ ਤੱਕ ਸੈੱਲ ਜਿਹੜੇ ਹੈਗੇ ਵਧਦੇ ਰਹਿੰਦੇ ਆ ਸਾਡੇ ਸਰੀਰ ਦੇ 40 ਸਾਲ ਦੀ ਉਮਰ ਤੋਂ ਬਾਅਦ ਫਿਰ ਸੈੱਲ ਘਟਨੇ ਸ਼ੁਰੂ ਹੋ ਜਾਂਦੇ ਆ ਘਟਨੇ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਹੌਲੀ 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 ਜਿਹੜਾ ਮਨੁੱਖ ਬੁਢਾਪੇ ਵੱਲ ਚਲਾ ਜਾਂਦਾ ਹੈਗਾ ਬੁੱਢਾ ਹੋਣ ਲੱਗ ਜਾਂਦਾ ਹੈਗਾ ਬੁੱਢਾ ਹੋ ਕੇ ਹੌਲੀ ਹੌਲੀ ਜਿਵੇਂ ਜਿਵੇਂ ਸੈੱਲ ਖਤਮ ਹੋ ਜਿੰਦੇ ਅਖੀਰ ਤੇ ਜਾ ਕੇ ਜਿਹੜੀ ਸਾਰਾ ਸਰੀਰ ਖਤਮ ਹੋ ਜਾਂਦਾ ਇੱਥੇ ਇੱਕ ਹੁਣ ਅਗਲਾ ਸਵਾਲ ਹੋਰ ਆਉਂਦਾ ਹੈਗਾ ਜਿਹੜਾ ਜਵਾਨੀ ਮੌਕੇ ਮੌਤ ਹੋ ਜਾਂਦੀ ਹੈ ਤਾਂ ਜਵਾਨੀ ਮੌਕੇ ਮੌਤ ਵੀ ਉਹਦੇ ਕਾਰਨ ਹੀ ਹੈਗੇ ਵੀ ਉਹ ਕਿਤਨਾ ਕਿਤੇ ਜਾ ਕੇ ਸਾਡੇ ਕਿਸੇ ਸਰੀਰ ਦੇ ਅੰਗ ਦੇ ਜਿਹੜੇ ਸੈੱਲ ਮਰ ਗਏ ਯਾਨੀ ਹਾਰਟ ਦੇ ਸੈੱਲ ਮਰ ਗਏ ਜਾਂ ਕਿਸੇ ਹੋਰ ਚੀਜ਼ ਦੇ ਖਾਸ ਕਰਕੇ ਹਾਰਟ ਦੇ ਨਾਲ ਜਿਹੜੀ ਮੌਤ ਹੁੰਦੀ ਹੈਗੀ ਆ ਤਾਂ ਉਸ ਦੀ ਉਹਦੀ ਮੌਤ ਹੋ ਜਾਂਦੀ ਹੈ ਉਹੀ ਚੀਜ਼ ਸਾਡੇ ਅੰਦਰ ਚੱਲਦੀ ਹੈ ਹੁਣ ਇੱਕ ਚੀਜ਼ ਜਿਹੜੀ ਹੋਰ ਕਹਿੰਦੇ ਨੇ ਵੀ ਇੱਕ ਆਤਮਾ ਜਿਹੜਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ ਉਸੇ ਵੇ ਖੜੇ ਕਰਨ ਵਾਲੀ ਵੀ ਉਹਦੇ ਚ ਆਤਮਾ ਹੁੰਦੀ ਹੈ ਧਰਮ ਰਾਜ ਕੋਲ ਚਲੀ ਜਾਂਦੀ ਹੈ ਤਾਂ ਉਹ ਜੋ ਫਲਸਫਾ ਗੱਲ ਕਹਿੰਦਾ ਹੈਗਾ ਤਾਂ ਉੱਥੇ ਮੈਂ ਇੱਕ ਹੋਰ ਸਵਾਲ ਕਰਨਾ ਚਾਹੁੰਗਾ ਫਲਸਫੇ ਨੂੰ ਵੀ ਕੀ ਆਤਮਾ ਦੀ ਜਿਹੜੀ ਗੱਲ ਕਰਦੇ ਸਾਡੇ ਅੰਦਰ ਆਤਮਾ ਬੋਲਦੀ ਹੈ ਤੇ ਇੱਕ ਪਾਸੇ ਉਹ ਵਿਅਕਤੀ ਜਿਹੜਾ ਜਨਮ ਤੋਂ ਗੁੰਗਾ ਹੈ ਬੋਲ ਨਹੀਂ ਸਕਦਾ ਉਹ ਪਰ ਉਹਦੇ ਅੰਦਰ ਆਤਮਾ ਕਿਹੜੀ ਹੈ ਕੀ ਉਹਦੇ ਅੰਦਰ ਗੁੰਗੀ ਆਤਮਾ ਹੈ ਜਦੋਂ ਫਿਰ ਆਤਮਾ ਦੋ ਹੋ ਗਈਆਂ ਇੱਕ ਬੋਲਣ ਵਾਲੀ ਵੀ ਆਂਦਰ ਸਾਡੇ ਬੋਡੀ ਜਿਹੜਾ ਮੈਂ ਬੋਡੀਆ ਮੇਰੇ ਅੰਦਰ ਆਤਮਾ ਬੋਡੀਆ ਉਹ ਫਲਸਫੇ ਅਨੁਸਾਰ ਪਰ ਉਹ ਕੋਈ ਵਿਅਕਤੀ ਬੋਲ ਨਹੀਂ ਸਕਦਾ ਜਿਉਂਦਾ ਦੋ ਵੀ ਹੈ ਸੋ ਇਹ ਚੀਜ਼ ਹੈ ਕਿ ਬਹੁਤ ਵੱਡਾ ਪਰਮ ਸਿਰਜਿਆ ਹੋਇਆ ਹੈ ਕਿ ਸਾਡੇ ਅੰਦਰ ਕੋਈ ਆਤਮਾ ਬੋਡੀਆ ਸਾਡੇ ਸਰੀਰ ਦੇ ਅੰਦਰ ਜਿਹੜੇ ਸਾਡੇ ਸੈੱਲ ਹੈ ਸਾਡਾ ਇੱਕ ਸਿਸਟਮ ਜਿਹੜਾ ਹੈਗਾ ਵਿਕਸਿਤ ਹੁੰਦਾ ਹੈਗਾ ਸ਼ੁਰੂ ਤੋਂ ਇੱਕ ਸੈੱਲ ਦੋ ਸੈੱਲਾਂ ਤੋਂ ਲੈ ਕੇ ਵਿਕਸਿਤ ਹੁੰਦਾ ਹੈਗਾ ਹੌਲੀ ਹੌਲੀ ਸੈੱਲ ਵਧਦੇ ਜਾਂਦੇ ਨੇ ਫਿਰ ਜਿਵੇਂ ਜਿਵੇਂ ਸੈੱਲ ਸਾਡੇ ਮਰਨੇ ਸ਼ੁਰੂ ਹੋ ਜਾਂਦੇ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਜਾਂ ਕਿਸੇ ਚੀਜ਼ ਦੇ ਮੰਤੇ ਦੀ ਮੌਤ ਹੋ ਗਈ ਹਾਰਟ ਅਟੈਕ ਆ ਗਿਆ ਹੋਰ ਆ ਗਿਆ ਮੌਤ ਆ ਗਈ ਤੇ ਇੱਕ ਇੱਕ ਮੈਂ ਥੋੜੀ ਜੀ ਦੋ ਇੱਕ ਮਿੰਟ ਦੀ ਗੱਲ ਹੋਰ ਗੱਲ ਕਰਨੀ ਚਾਹਾਂਗਾ ਕਿ ਜਿਹੜਾ ਸਾਡਾ ਸਰੀਰ ਜਦੋਂ ਮਰਦਾ ਹੈ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਵੱਖ-ਵੱਖ ਸਮੇਂ 'ਚ ਮੌਤ ਹੁੰਦੀ ਹੈ ਇੱਕਦਮ ਨਹੀਂ ਸਾਡੇ ਸਰੀਰ ਦੀ ਮੌਤ ਹੁੰਦੀ ਸਾਡੇ ਬ੍ਰੇਨ ਹਾਰਟ ਦੀ ਮੌਤ ਹੋ ਗਈ ਪਹਿਲਾਂ ਹੱਟ ਰੁਕ ਗਿਆ ਠੀਕ ਹੈ ਸਾਡਾ ਬ੍ਰੇਨ ਚੱਲ ਰਿਹਾ ਹੈ ਬ੍ਰੇਨ ਦੀ ਮੌਤ ਉਹ ਸਰੀਰ ਦੇ ਉੱਤੇ ਡਿਪੈਂਡ ਕਰਦੀ ਉਹ ਅੱਧੇ ਘੰਟੇ ਬਾਅਦ ਹੁੰਦੀ ਹੈ ਘੰਟੇ ਬਾਅਦ ਹੁੰਦੀ ਹੈ 2 ਘੰਟੇ ਬਾਅਦ ਹੁੰਦੀ ਹੈ ਸਾਡੀ ਅੱਖਾਂ ਦੀ ਜਿਹੜੀ ਮੌਤ ਹੈ ਅੱਖਾਂ ਦੀ ਮੌਤ ਆ ਗਈ 6 ਘੰਟਿਆਂ ਬਾਅਦ ਹੁੰਦੀ ਹੈ 6 ਘੰਟਿਆਂ ਤੱਕ ਸਾਡੀ ਬਿਲਕੁਲ ਕੰਮ ਕਰ ਰਹੀਆਂ ਹੁੰਦੀਆਂ ਨੇ ਜੋ ਉਸ ਟਾਈਮ ਤੇ ਅੱਖਾਂ ਕੱਢ ਕੇ 6 ਘੰਟਿਆਂ ਤੋਂ ਪਹਿਲਾਂ ਪਹਿਲਾਂ ਅੱਖਾਂ ਕੱਢ ਕੇ ਜੇ ਹੋਰ ਵਿਅਕਤੀ ਲਾ ਦਿੰਦੇ ਆ ਤਾਂ ਅੱਖਾਂ ਜਿਉਂਦੀਆਂ ਨੇ ਉਹ ਅੱਖਾਂ ਦੇਖਣ ਗਿਆ ਅਵਸਰ ਸੋ ਵਿਗਿਆਨ ਨੇ ਇਹ ਚੀਜ਼ ਸਿੱਧ ਕਰ ਦਿੰਦੀ ਹੈ ਵੀ ਇਹ ਹੀ ਉਹ ਕੋਈ ਚੀਜ਼ ਨਹੀਂ ਕਿ ਸੇਵਾ ਦੇ ਵਿੱਚ ਉਹਨਾਂ ਜਗਾ ਲਿਆ ਜਾਂ ਬੰਦੇ ਨੂੰ ਖੜਾ ਕਰ ਲਿਆ ਜਾਂ ਬੰਦੇ ਨੂੰ ਖੜਾ ਕਰਕੇ ਕੋਈ ਕੰਮ ਲੈਣੇ ਸ਼ੁਰੂ ਕਰਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਜਾਂ ਚੋਰੀਆਂ ਕਰਾਉਣੀਆਂ ਸ਼ੁਰੂ ਕਰਤੀਆਂ ਜਾਂ ਕੋਈ ਹੋਰ ਕੰਮ ਸ਼ੁਰੂ ਕਰ ਦਿੱਤਾ ਇੱਕ ਬਹੁਤ ਬੜਾ ਪੁਰਾਣੇ ਸਮੇਂ ਦੇ ਵਿੱਚੋਂ ਅੰ ਕਿ ਸੇਵਾ ਕੁ ਜਗਾ ਕੇ ਮਤਲਬ ਕਿਸੇ ਵਿਅਕਤੀ ਨੂੰ ਖੜਾ ਨਹੀਂ ਕੀਤਾ ਜਾ ਸਕਦਾ ਨਾ ਇਹ ਹੋ ਸਕਦਾ ਨਾ ਹੀ ਸੰਭਵ ਹੈ ਅਕਸਰ ਪੰਡਾ ਚੇ ਗੱਲਾਂ ਹੁੰਦੀਆਂ ਨੇ ਕਿ ਇੱਕ ਬੰਦਾ ਮਰਦਾ ਤਾਂ ਮੈਂ ਜਿਹੜੀ ਗੱਲਾਂ ਸਾਡੇ ਸਮਾਜ ਚ ਹੁੰਦੀਆਂ ਨੇ ਮੈਂ ਉਹੀ ਤੁਹਾਡੇ ਨਾਲ ਡਿਸਕਸ ਕਰਦਾ ਹੁੰਦਾ ਕਿ ਉਹ ਗੱਲਾਂ ਇਹ ਹੁੰਦੀਆਂ ਨੇ ਕਿ ਇੱਕ ਬੰਦਾ ਮਰਿਆ ਤਾਂ ਉਹਨੇ ਉਹਦਾ ਜਦੋਂ ਉਹਨੂੰ ਸੰਸਕਾਰ ਵਾਸਤੇ ਲੈ ਕੇ ਜਾ ਰਹੀ ਸੀ ਨਾ ਤਾਂ ਉਹਨੇ ਪੰਜ ਉਂਗਲਾਂ ਕੱਢੀਆਂ ਹੋਈਆਂ ਸੀ ਬਾਹਰ ਤਾਂ ਗੱਲ ਇਹ ਵੀ ਹੁੰਦੀ ਆ ਕਿ ਪਿੰਡ ਚ ਉਸ ਤੋਂ ਬਾਅਦ ਵੀ ਪੰਜ ਮੌਤਾਂ ਹੁੰਦੀਆਂ ਆ ਉਹ ਉਹ ਤੋਂ ਬਾਅਦ ਨੇ ਵੀ ਇੱਕ ਇੱਕ ਘਟਨਾ ਦੇ ਨਾਲ ਦੂਜਾ ਕਾਰ ਨਹੀਂਗਾ ਵੀ ਉਹ ਜਿਹੜਾ ਮਤਲਬ ਉਂਗਲਾਂ ਕੱਢੀਆਂ ਹੋਈਆਂ ਉਹ ਇੱਕ ਵਹਿਮ ਬਣ ਗਿਆ ਵੀ ਉਹ ਜਿਵੇਂ ਆਪਾਂ ਪਹਿਲੀ ਗੱਲ ਕਰਕੇ ਛੱਡਿਆ ਵੀ ਉਹ ਨੌਜਵਾਨ ਦੀ ਮੌਤ ਹੋਈ ਜਿਹਨੂੰ ਕਹਿੰਦੇ ਸੀ ਸ਼ਿਵਾ ਜਗਾ ਲਿਆ ਲੇਕਿਨ ਕੁਦਰਤੀ ਉਹਦੇ ਜੀ ਦੋ ਚਾਰ ਮੌਤਾਂ ਹੋਰ ਹੋ ਗਈਆਂ ਤੁਮਕਰੋ ਤਾਂ ਉਹਨਾਂ ਨੇ ਉਹ ਸੇਵੇ ਦੇ ਨਾਲ ਜੋੜਤੀਆਂ ਕਿਸੇ ਵਿਅਕਤੀ ਦਾ ਮਤਲਬ ਜਦੋਂ ਉਹਨੂੰ ਸੰਸਕਾਰ ਵਾਸਤੇ ਲੈ ਕੇ ਜਾ ਰਿਹਾ ਕਿਸੇ ਕਾਰਨ ਬੇਚਾਨੀ ਨਾਲ ਉਹਦਾ ਹੱਥ ਬਾਹਰ ਰਹੇਗਾ ਹੱਥ ਬਾਹਰ ਜਾਂ ਉਹਦਾ ਹੱਥ ਬਾਹਰ ਮਤਲਬ ਉਹਨਾਂ ਨੇ ਰੱਖ ਲੈਂਦਾ ਵੀ ਉਹਦਾ ਹੱਥ ਬਾਹਰ ਹੱਥ ਲੰਮਕ ਜਾਂਦਾ ਹੈ ਤਾਂ ਉਹ ਜਦੋਂ ਹੱਥ ਲਮਕਿਆ ਜਿਹਦੇ ਦੀਆਂ ਦੋ ਉਂਗਲਾਂ ਨਿਕਲੀਆਂ ਮਤਲਬ ਚਾਰ ਉਂਗਲਾਂ ਨਿਕਲੀਆਂ ਪੰਜੇ ਉਂਗਲਾਂ ਨਿਕਲੀਆਂ ਹੁਣ ਉੱਥੇ ਇਹ ਵੀ ਇੱਕ ਭਰਮ ਹੈਗਾ ਕਿ ਵੈਸੇ ਵੀ ਇੱਕ ਅਧਿਆਨ ਦਾ ਕਾਰਨ ਹੁੰਦਾ ਹੈਗਾ ਆਪਾਂ ਤੁਹਾਡੀ ਕਹਾਣੀ ਦੇ ਅਨੁਸਾਰ ਹੀ ਗੱਲ ਕਰਦੇ ਆਂ ਵੀ ਹੁਣ ਬਾਕੀ ਜਿਹੜਾ ਹੈਗਾ ਉਹ ਆਪਾਂ ਗਰੰਟੀ ਨਹੀਂ ਦੇਗਾ ਕਿ ਸਭੀ ਮੌਤਾਂ ਪੰਜ ਹੀ ਹੋਈਆਂ ਨੇ ਮੌਤਾਂ ਦੁੱਧੂ ਬਾਅਦ ਵੀ ਹੋਈਆਂ ਹੋਣਗੀਆਂ ਮੌਤਾਂ ਤਾਂ ਉਸ ਤੋਂ ਬਾਅਦ ਪੰਜ ਤੋਂ ਬਾਅਦ ਕੀ ਬਹੁਤ ਜ਼ਿਆਦਾ ਮੌਤਾਂ ਉਦੋਂ ਮਗਰੋਂ ਵੀ ਲੋਕ ਮਰੀ ਜਾਂਦੇ ਆ ਅਕਸਰ ਮਰੀ ਜਾਂਦੇ ਨੇ ਹਰ ਇੱਕ ਸਕਿੰਟ ਦੇ ਵਿੱਚ ਮੌਤਾਂ ਹੁੰਦੀਆਂ ਨੇ ਸੈਂਕੜੇ ਮੌਤਾਂ ਹੁੰਦੀਆਂ ਪਰ ਉਹਨਾਂ ਲੋਕਾਂ ਨੂੰ ਜੋੜ ਲਿਆ ਪੰਜ ਮੌਤਾਂ ਗਿਣ ਲੀਆਂ ਜਦੋਂ ਬਾਅਦ ਪੰਜ ਮੌਤਾਂ ਹੋ ਗਈਆਂ ਵੀ ਪੰਜਾਹ ਬਾਹਰ ਸੀਗਾ ਤੇ ਪੰਜ ਮੌਤਾਂ ਹੋ ਗਈਆਂ ਛੀਮੇ ਉਹਨਾਂ ਨੇ ਗਿਣੀ ਨਹੀਂ ਮੌਤ ਪਿੰਡ 'ਚ ਛੀਮੇ ਵੀ ਹੋਈ ਹੈ ਸੱਤਵੀਂ ਵੀ ਹੋਈ ਹੈ ਅੱਠਵੀਂ ਵੀ ਹੋਈ ਹੈ ਨੌਵੀਂ ਵੀ ਹੋਈ ਹੈ ਲੇਕਿਨ ਉਹਨੇ ਉਹ ਉਂਗਲਾਂ ਨਾਲ ਜੋੜ ਲਿਆ ਇਹ ਜਾਨੀ ਸਾਰੀ ਕਹਾਣੀ ਸਿਰਜਦੇ ਆ ਤਾਂ ਸਾਡੇ ਲੋਕ ਸਿਰਜਦੇ ਆ ਸਮਾਜ ਉਹਦੇ ਪੁੱਛੇ ਜੋੜ ਲਿਆ ਵੀ ਉਹਨੇ ਪੰਜ ਉਂਗਲਾਂ ਬਾਹਰ ਸੀਗੇ ਉਹਨੇ ਜਦੋਂ ਲੈ ਕੇ ਜਾ ਰਹੇ ਸੀਗੇ ਤੇ ਪੁੱਛੋ ਪੰਜ ਮੌਤਾਂ ਹੋ ਗਈਆਂ ਕਿਉਂ ਪੰਜ ਮੌਤਾਂ ਤੋਂ ਬਾਅਦ ਉਸ ਪਿੰਡ ਅੱਜ ਵੀ ਮਰ ਰਹੇ ਪੁਰਖਾਣੀ ਉੱਥੇ ਕਰੋ ਉਹਨਾਂ ਜੋੜਦੇ ਉਂਗਲਾਂ ਨਾਲ ਕਰ ਜੋੜਦੇ ਤੁਸੀਂ ਕਹਿੰਦੇ ਹੋ ਕਿ ਸਵਾਜਿਗੌਣ ਵਾਲਾ ਕੁਛ ਨਹੀਂ ਹੁੰਦਾ ਤੇ ਨਾ ਕੋਈ ਪਿੱਛੇ ਜੇ ਕੋਈ ਪੰਜ ਉਂਗਲਾਂ ਕਰਦਾ ਚਾਰ ਉਂਗਲਾਂ ਕੱਢਦਾ ਮਰਿਆ ਹੋਇਆ ਬੰਦਾ ਮੁਰਦੇ ਦਾ ਹੱਥ ਬਾਹਰ ਆ ਜਾਂਦਾ ਤੇ ਇਹ ਐਸਾ ਕੁਛ ਵੀ ਨਹੀਂ ਹੁੰਦਾ ਕੁਛ ਨਹੀਂ ਹੈ ਉੱਪਰ ਮੈਂ ਇੱਕ ਪਰਮ ਸਾਡੇ ਲੋਕ ਸਿਰ ਜਲਦੇ ਨੇ ਨਵੇਂ ਦਾ ਨਵਾਂ ਪਰਮ ਸਿਰ ਜਲਦੇ ਨੇ ਉਹੀ ਮੈਂ ਜਮੈਂ ਆਪਾਂ ਪਹਿਲਾਂ ਗੱਲ ਨੂੰ ਬਾਲਾ ਦੁਹਰਾਉਣ ਲੱਗੋ ਫਾਇਦਾ ਨਹੀਂਗਾ ਵੀ ਪੰਜ ਤੋਂ ਬਾਅਦ ਛੇਵੇਂ ਮੋਤ ਲੋਕਾਂ ਨੇ ਗਣੀ ਨਹੀਂ ਨੀ ਕਿ ਉੱਪਰ ਜਨਾਲੀ ਆ ਕੇ ਖੜ ਕੇ ਵੀ ਉਹ ਪੰਜ ਉਂਗਲਾਂ ਬਾਹਰ ਸੀ ਤੇ ਪੰਜ ਮੋਤ ਹੋ ਗਏ ਸੋ ਇਸ ਸਾਡੇ ਨਾਲ ਜਸਵੀ ਸੋਨੀ ਹੋ ਰਹੀ ਸੀ ਜਿਨ੍ਹਾਂ ਨੇ ਚਰਚਾ ਕੀਤੀ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਕਿਉਂਕਿ ਸਾਡੇ ਪਿੰਡ ਦੀ ਮੈਂ ਅਕਸਰ ਗੱਲ ਸਾਂਝੀ ਇਹਨਾਂ ਨਾਲ ਕਰਦਾ ਹੁੰਨਾ ਕਿ ਸਾਡੇ ਪਿੰਡਾਂ 'ਚ ਖਾਸ ਕਰਕੇ ਕੀ ਕੀ ਅੰਧਵਿਸ਼ਵਾਸ ਹੁੰਦਾ ਕਿਵੇਂ-ਕਿਵੇਂ ਚੱਲਦਾ ਹੁੰਦਾ ਤੇ ਸਾਡੇ ਪਿੰਡ ਦੀ ਸੱਚੀ ਘਟਨਾ ਸੀ ਜਿਹੜੀ ਅਸੀਂ ਕੈਮਰੇ ਤੋਂ ਪਿੱਛੇ ਡਿਸਕਸ ਕਰ ਰਹੇ ਸੀ ਤੇ ਮੈਂ ਸੋਚਿਆ ਜਸਵੀਰ ਸੋਨ ਹੋਰਾਂ ਨਾਲ ਕੈਮਰੇ ਦੇ ਸਾਹਮਣੇ ਵੀ ਇਹ ਗੱਲ ਡਿਸਕਸ ਕਰ ਲਈ ਜਾਵੇ ਕਿ ਇਸ ਤਰੀਕੇ ਨਾਲ ਸਾਡੇ ਪਿੰਡ 'ਚ ਹੋਇਆ ਸੀ ਅਕਸਰ ਥੋੜੇ ਪਿੰਡ ਦੇ ਵਿੱਚ ਵੀ ਐਸੀਆਂ ਗੱਲਾਂ ਥੋੜੇ ਬਜ਼ੁਰਗ ਸਿਆਣੇ ਸਾਰੇ ਦੱਸਦੇ ਹੋਣਗੇ ਬਾਈ ਜੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਤੁਹਾਡਾ ਵੀ ਤੁਹਾਡੇ ਚੈਨਲ ਦਾ ਵੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਬਹੁਤ-ਬਹੁਤ ਧੰਨਵਾਦ دیکھتے ਰਹੋ ਕੈਂਡ ਪ